ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਗਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਕੁਝ ਕੁ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਦੂਸਰੇ ਪਾਸੇ ਕੁਝ ਕੁ ਸਿਆਸਤਦਾਨ ਇਧਰੋਂ ਉਧਰ ਵੀ ਜਾ ਰਹੇ ਨੇ ਗੱਲ ਪ੍ਰਨੀਤ ਕੋਰ ਹੋਰਾਂ ਦੀ ਵੀ ਕਰਾਂਗੇ ਬੀਬੀ ਜਗੀਰ ਕੋਰ ਹੋਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਤੇ ਕਿਸਾਨਾਂ ਨੇ ਇੱਕ ਮਹਾ ਪੰਚਾਇਤ ਕੀਤੀ ਹੈ ਕਿਸ ਨਤੀਜੇ ਤੇ ਪਹੁੰਚੇ ਨੇ ਗੱਲ ਉਹ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਮੈਂ ਇੱਕ ਬੇਨਤੀ ਜ਼ਰੂਰੀ ਕਰਨਾ ਚਾਹਣਾ ਉਹ ਇਹ ਆ ਕਿ ਅੱਜ ਕੱਲ੍ਹ WhatsApp ਫੈਕਟਰੀ ਤੇ DP ਇੱਕ ਦਾ ਜ਼ਮਾਨਾ ਬਹੁਤ ਕੁਝ ਗਲਤ ਮਲਤ ਆ ਰਿਹਾ ਜੀ ਅਸੀਂ ਲੋਕ ਬਥੇਰੀ ਚੌਕਸੀ ਰੱਖਦੇ ਹਾਂ ਇਹਦੇ ਬਾਵਜੂਦ ਕੁਝ ਨਾ ਕੁਝ ਹੋ ਜਾਂਦਾ ਅਸੀਂ ਕੱਲ ਜਾਂ ਪਰਸੋਂ ਖਬਰ ਦਿੱਤੀ ਸੀ ਉਹਦੀ ਚਰਚਾ ਕੀਤੀ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸ ਸੀ ਏਐਸ ਸੀਟੀ ਜਨ ਅਮੈਂਡਮੈਂਟ ਲਾਗੂ ਕੀਤਾ ਇਹ ਫਿਰਕੂ ਆ ਤੇ ਅਸੀਂ ਦੇ ਜਵਾਬ ਚ ਭਾਰਤ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਵੱਲੋਂ ਇਹੋ ਹੀ ਸੀਏਏ ਪੇਸ਼ਕਸ਼ ਕਰਾਂਗੇ ਮੈਂ ਆਖਾ ਸੀ ਵੇਖਿਆ ਵੀ ਉੱਥੇ ਤੇ ਉਹ ਤਾਂ ਦੇਸ਼ੀ ਇਸਲਾਮ ਦੇ ਨਾਤੇ ਬਣਿਆ ਉਹ ਤੋਂ ਛੱਡ ਤੋਂ ਬਾਅਦ ਫਿਰਕੂ ਗੱਲ ਕੀਤੀ ਸੀ ਬਾਅਦ ਵਿੱਚ ਪਤਾ ਲੱਗਾ ਕਿ ਪਾਕਿਸਤਾਨ ਸਰਕਾਰ ਨੇ ਖੰਡਨ ਕੀਤਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹ ਗੱਲ ਨਹੀਂ ਆਖੀ ਅਸੀਂ WhatsApp ਫੈਕਰੀ ਦੀ ਕਦੇ ਕੋਈ ਖਬਰ ਨਹੀਂ ਲੈਂਦੇ ਕਿਉਂਕਿ WhatsApp ਤੇ ਬਹੁਤ ਝੂਠ ਫੈਲਦਾ। ਸੋਸ਼ਲ ਮੀਡੀਆ ਤੋਂ ਨਹੀਂ ਲੈਂਦੇ। ਪਰ ਜਦੋਂ ਜਿਹੜੇ ਭਾਰਤ ਦੇ ਨੈਸ਼ਨਲ ਪੇਪਰਸ ਨੇ ਤੇ ਨੈਸ਼ਨਲ ਟੀਵੀ ਚੈਨਲ ਨੇ ਉਹਨਾਂ ਤੋਂ ਕੋਈ ਖਬਰ ਆ ਜਾਵੇ ਤੇ ਅਸੀਂ ਉਹਨੂੰ ਭਰੋਸੇਯੋਗ ਮੰਨ ਲਏ ਨੇ। ਸ਼ਾਹਬਾਜ਼ ਸ਼ਰੀਫ ਦੇ ਇਸ ਬਿਆਨ ਪਰ ਇੱਕ ਖਬਰ ਭਾਰਤ ਦੇ ਇੱਕ ਭਰੋਸੇਯੋਗ ਨੈਸ਼ਨਲ ਹਿੰਦੀ ਅਖਬਾਰ ਦੇ ਵਿੱਚ ਆਈ। ਅਸੀਂ ਉੱਥੋਂ ਲੈ ਲਈ। ਹੁਣ ਬਾਅਦ ਵਿੱਚ ਖੰਡਨ ਆ ਗਿਆ ਕਿ ਪਾਕਿਸਤਾਨ ਸਰਕਾਰ ਨੇ ਉਹਨਾਂ ਦੇ ਪ੍ਰਧਾਨ ਮੰਤਰੀਆਂ ਕਰ ਨਹੀਂ ਆਖੇ। ਪਤਾ ਨਹੀਂ ਇਹ ਖੰਡਨ ਦਾ ਵੀ ਕੱਲ ਨੂੰ ਕੋਈ ਖੰਡਨ ਆ ਜੇ ਕਿ ਅਸੀਂ ਦੇ ਖੰਡਨ ਨਹੀਂ ਕੀਤਾ ਜੀ ਪਰ ਜੋ ਵੀ ਹੈ ਇਹ ਤੋਂ ਲੱਗਦਾ ਕਿ ਮਾਮਲਾ ਸ਼ੱਕੀ ਸੀ ਅਸੀਂ ਅੱਗੇ ਤੋਂ ਹੋਰ ਜ਼ਿਆਦਾ ਚੌਕਸ ਰਹਿਣ ਦਾ ਯਤਨ ਕਰਾਂਗੇ ਪਰ ਜਿਹੜੇ ਨੈਸ਼ਨਲ ਪੇਪਰ ਚੋ ਚਾਜੇ ਉਹ ਤੋਂ ਅਸੀਂ ਵੀ ਕਈ ਵਾਰੀ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਜੀ ਤੇ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਇਸੇ ਤੋਂ ਤੁਸੀਂ ਵੀ ਸਬਕ ਸਿੱਖ ਲਓ ਕਿ ਜੇ ਸਾਡਾ ਦਫ਼ਤਰ ਸਾਡਾ ਬਿਊਰੋ ਇਹੋ ਜੇ ਮਾਮਲੇ 'ਚ ਗਲਤੀ ਕਰ ਸਕਦਾ ਤੇ ਅਗਲੇ ਦਿਨਾਂ 'ਚ ਚੋਣਾਂ 'ਚ ਡੀਪ ਫੇਕ ਨੇ ਬਹੁਤ ਤਮਾਸ਼ੇ ਵਿਖਾਉਣੇ ਆ ਬਿਲਕੁਲ ਜੀ ਜਰਾ ਆਪ ਕੋ ਆਪਣੇ ਥਾਂ ਤੇ ਕੈਮਰਾ ਉਹੋ ਜਿਹੀ ਚੀਜ਼ਾਂ ਆਉਣ ਮੀ ਤੇ ਫਾਰਵਰਡ ਨਾ ਕਰੋ ਸਾਡੇ ਕੋਲ ਇੱਕ ਭੁੱਲੂਆ ਜਿਹਦੇ ਤੋਂ ਅਸੀਂ ਅੱਗੇ ਚੌਕਸ ਰਹਿਣ ਦਾ ਯਤਨ ਕਰਾਂਗੇ ਪਰ ਬਾਕੀ ਵੀ ਆਪੋ ਆਪਣੇ ਥਾਂ ਤੇ ਸਾਰੇ ਚੌਕਸ ਰਹੋ ਜੀ ਪਰ ਸਭ ਅੱਗੇ ਵੱਧਦੇ ਗੱਲ ਸਿਆਸਤ ਦੀ ਕਰਦੇ ਆ ਆਮ ਆਦਮੀ ਪਾਰਟੀ ਨੇ ਅੱਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਲਿਆਉਣਾ ਹੈ ਇਹਦੇ ਬਾਰੇ ਕੀ ਕਹਣਗੇ ਆ ਪੰਜਾਬ ਬਾਰੇ ਐਲਾਨ ਕਰ ਦਿੱਤਾ ਚੰਗੀ ਗੱਲ ਹੈ ਵੇਲੇ ਸਿਰ ਇਹਨਾਂ ਨੇ ਗੰਢ ਖੋਲ ਦਿੱਤੀ ਇਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਹਲਕਾ ਗੁਰਦਾਸਪੁਰ ਆ ਉਹਨਾਂ ਨੇ ਛੱਡ ਦਿੱਤਾ। ਦੂਸਰਾ ਪੁਰ ਹੁਸ਼ਿਆਰਪੁਰ ਆ ਉਹਨਾਂ ਨੇ ਛੱਡ ਦਿੱਤਾ। ਤੀਸਰਾ ਪੁਰ ਆਨੰਦਪੁਰ ਸਾਹਿਬ ਆ ਉਹਨਾਂ ਨੇ ਛੱਡਤਾ। ਚੌਥਾ ਪੁਰ ਫਿਰੋਜ਼ਪੁਰ ਆ ਉਹਨਾਂ ਨੇ ਛੱਡਤਾ ਤੇ ਲੁਧਿਆਣਾ ਵੀ ਛੱਡਤਾ। ਇਹ ਪੰਜ ਛੱਡ ਦਿੱਤੇ ਆ ਬਾਕੀ ਦੇ ਜਿਹੜੇ 8 ਹਲਕੇ ਆ ਉਹਨਾਂ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਤਾ। ਜਿੱਥੇ-ਜਿੱਥੇ ਐਲਾਨ ਕੀਤਾ ਉਹਨਾਂ ਚੋ ਇੱਕ ਤਾਂ ਜਲੰਧਰ ਚ ਪਿਛਲੇ ਸਾਲ ਉਪਚੋਣ ਦੇ ਵਿੱਚ ਜਿੱਤਿਆ ਜਿਹੜਾ ਸੁਸ਼ੇਲ ਰਿੰਕੂ ਆ ਉਹਨੂੰ ਐਡੀ ਛੇਤੀ ਰਿਪਲੇਸ ਕਰਨ ਬਦਲਣ ਦੀ ਲੋੜ ਨਹੀਂ ਸੀ ਤੇ ਉਹਨਾਂ ਨੇ ਉਸ ਨੂੰ ਟਿਕਟ ਦੇ ਦਿੱਤੀ ਆ ਇਹਨੂੰ ਲੋਕੀ ਸਮਝ ਜਾਣਗੇ ਜੀ ਇੱਕ ਵਧੀਆ ਕਲਾਕਾਰ ਆ ਕਰਮਜੀਤ ਅਨਮੋਲ ਸਿਆਣਾ ਮੁੰਡਾ ਮੈਂ ਤੇ ਅਜੇ ਤੱਕ ਕਦੇ ਮਿਲਿਆ ਵੀ ਨਹੀਂ ਉਹਨੂੰ ਪਰ ਸੁਣਿਆ ਕਿ ਸਿਆਣਾ ਉਹਨੂੰ ਫਰੀਦਕੋਟ ਤੋਂ ਇਹਨਾਂ ਨੇ ਟਿਕਟ ਦੇ ਦਿੱਤੀ ਆ ਕਾਂਗਰਸ ਦੇ ਵਿੱਚੋਂ ਆਇਆ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਉਹਦੇ ਮੁਕਾਬਲੇ ਦੇ ਉੱਤੇ ਜਿਹੜਾ ਬੰਦਾ ਖੜਾ ਕੀਤਾ ਉਹ ਸਮਝਿਆ ਜਾਂਦਾ ਸੀ ਕਾਂਗਰਸ ਨੇ ਇੱਕ ਬਾਗੀ ਖੜਾ ਕੀਤਾ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਸੀ ਤੇ ਇਸ ਕਰਕੇ ਉਹਨੂੰ ਗੁੱਸਾ ਹਾਰ ਗਿਆ ਉਹ ਛੱਡ ਕੇ ਤੇ ਵਾਪਸ ਆ ਗਿਆ ਇਧਰ ਆ ਗਿਆ ਆਮ ਆਦਮੀ ਪਾਰਟੀ 'ਚ ਇਹਨਾਂ ਨੇ ਫਤੇਗੜ ਸਾਹਿਬ ਤੋਂ ਉਹਨੂੰ ਟਿਕਟ ਦੇ ਦਿੱਤੀ ਇਹ ਤਿੰਨ ਜਣੇ ਬਾਹਰਲੇ ਪੰਜ ਮੰਤਰੀਆਂ ਦਾ ਨੌਗਾ ਪਿਆ ਕਿ ਇਹ ਪਾਰਲੀਮੈਂਟ ਦੀ ਚੋਣ ਲੜਨਗੇ ਅੰਮ੍ਰਿਤਸਰ ਤੋਂ ਸਾਡਾ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਐਨਆਰਆਈ ਮਾਮਲਿਆਂ ਦਾ ਮੰਤਰੀ ਉਹ ਚੋਣ ਲੜੇਗਾ ਖਡੂਰ ਸਾਹਿਬ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਖਿਆ ਗਿਆ ਕਿ ਉਹ ਚੋਣ ਲੜਨ ਜੀ ਇਹਦੇ ਤੋਂ ਇਲਾਵਾ ਜੁੜੀਆਂ ਬਾਕੀ ਸੀਟਾਂ ਉਹਨਾਂ ਦੇ ਵਿੱਚੋਂ ਜਿਹੜੀ ਪਟਿਆਲਾ ਸੀਟ ਆ ਉੱਥੋਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਜਿਹੜਾ ਹੈਗਾ ਮੀਤੇਰ ਉਹ ਕੈਬਨਟ ਮੰਤਰੀ ਆ ਇਹਦੇ ਤੋਂ ਅਗਲੇ ਪਾਸੇ ਬਠਿੰਡੇ ਦੇ ਵਿੱਚੋਂ ਗੁਰਮੀਤ ਸਿੰਘ ਖੁੱਡੀਆਂ ਜਿਹੜਾ ਖੇਤੀ ਮੰਤਰੀ ਹੈ ਉਹਨੂੰ ਖੜਾ ਕੀਤਾ ਗਿਆ ਤੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਜਿਹੜੇ ਇਹ ਹੈ ਇਹਨਾਂ ਨੂੰ ਖੜੇ ਕੀਤਾ ਗਿਆ ਪੰਜ ਮੰਤਰੀਆਂ ਨੂੰ ਜਿਨ੍ਹਾਂ ਚ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਮੀਤਿਆਰ ਡਾਕਟਰ ਬਲਬੀਰ ਸਿੰਘ ਕੁਲਦੀਪ ਧਾਲੀਵਾਲ ਤੇ ਲਾਜਜੀਤ ਸਿੰਘ ਪੁੱਲਰ ਹੁਣ ਇਹਨਾਂ ਦੀਆਂ ਪੰਜ ਸੀਟਾਂ ਰਹਿ ਗਈਆਂ ਨੇ ਉਹਨਾਂ ਦਾ ਐਲਾਨ ਬਾਅਦ ਚ ਆ ਜਾਏਗਾ ਇਹਦੇ ਤੋਂ ਇਲਾਵਾ ਕਾਂਗਰਸ ਪਾਰਟੀ ਜਿੱਕੋ ਤੱਕ ਚਾ ਉਹਨਾਂ ਨੂੰ ਬਾਕੀ ਥਾਵਾਂ ਤੇ ਪਤਾ ਨਹੀਂ ਲੱਗਦਾ ਪਰ ਜਲੰਧਰ ਦਾ ਸੁਣਿਆ ਕਿ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਆਉਣਾ ਚਾਹੁੰਦੇ ਪਿਛਲੀ ਵਾਰੀ ਚੌਧਰੀ ਸੰਤੋਖ ਸਿੰਘ ਜਿੱਤੇ ਤੇ ਉਹਦਾ ਦਿਹਾਂਤ ਹੋ ਗਿਆ ਰਾਹੁਲ ਗਾਂਧੀ ਦੀ ਯਾਤਰਾ ਵੇਲੇ ਉਹਦੀ ਥਾਂ ਤੇ ਉਹਦੀ ਪਤਨੀ ਕਰਨਜੀਤ ਕੌਰ ਨੂੰ ਟਿਕਟ ਦਿੱਤੀ ਸੀ ਸਾਫ ਕਾ ਲਈ ਕਾਂਗਰਸ ਦੇ ਇੱਕ ਧੜੇ ਨੇ ਮਦਦ ਨਹੀਂ ਕੀਤੀ ਪਰ ਉਹਦਾ ਵੀ ਉਹ ਕਈ ਕਾਰਨਾ ਕਰਕੇ ਬੀਬੀ ਹਾਰ ਗਈ ਬੀਬੀ ਆਪ ਕਦੇ ਕਿਸੇ ਕਿਸਮ ਦਾ ਉੱਤੇ ਕੋਈ ਦੋਸ਼ ਨਹੀਂਗਾ ਵਧੀਆ ਟੀਚਰ ਸੀ ਸਭ ਕੁਝ ਹਾਰ ਗਏ ਐਸ ਵਾਰੀ ਉਹਨੂੰ ਛੱਡ ਕੇ ਤੇ ਟਿੱਟ ਦਿੱਤੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਨੂੰ ਸਾਬਕਾ ਮੁੱਖ ਮੰਤਰੀ ਨੂੰ ਜੀ ਇਹ ਕਹਿ ਕੇ ਕਿ ਪਹਿਲਾ ਦਲਿਤ ਮੁੱਖ ਮੰਤਰੀ ਸੀ ਲੋਕਾਂ ਵਿੱਚ ਭਾਈਚਾਰੇ ਦੇ ਉੱਤੇ ਲਿਜਾ ਕੇ ਉਹਨੂੰ ਪੇਸ਼ ਕੀਤਾ ਜਾਵੇਗਾ ਜਿੱਥੋਂ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਵੀ ਮੰਤਰੀ ਰਾਜ ਚੁੱਕੇ ਬਿਲਕੁਲ ਪਰ ਐਮ ਪਾਰਲੀਮੈਂਟ ਮੈਂਬਰ ਵੀ ਹੋ ਰਿਹਾ ਚੁੱਕੇ ਆ ਉਹ ਤੇ ਚਰਨਜੀਤ ਸਿੰਘ ਚੰਨੀ ਦੋਵੇਂ ਕੁੜਮ ਨੇ ਤੇ ਮੈਂ ਦੱਸ ਸਿੰਘ ਕੇਪੀ ਇੱਥੇ ਜਲੰਧਰ 'ਚ ਬੈਠਾ ਇੱਕ ਧਿਰ ਤੇ ਉਹਨਾਂ ਦੀ ਪਹਿਲਾਂ ਹੀ ਇੱਥੇ ਹੈਗੀ ਹੈ ਇੱਕ ਨਵੀਂ ਖਬਰ ਆ ਰਹੀ ਹੈ ਕਿ ਬਾਦਲ ਪਿੰਡ ਦੇ ਵਿੱਚ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਹੋਰਾਂ ਦਾ ਇੱਕ ਚਚੇਰਾ ਭਰਾ ਮਹੇਸ਼ਿੰਦਰ ਸਿੰਘ ਬਾਦਲ ਸੁਭਾਅ ਵੱਲੋਂ ਦੋਵੇਂ ਇੱਕ ਦੂਸਰੇ ਤੋਂ ਉਲਟ ਬੜਾ ਸਹਿਜਪਾਹ ਵਾਲਾ ਗੈਰ ਗੰਮੀਰ ਆਦਮੀ ਹੈ ਉਹਦੇ ਪੁੱਤਰ ਫਤੇਹ ਸਿੰਘ ਬਾਦਲ ਨੂੰ ਸ਼ਾਇਦ ਕਾਂਗਰਸ ਪਾਰਟੀ ਬਠਿੰਡੇ ਦੀ ਚੋਣ ਵਿੱਚ ਲਿਆਉਣ ਦਾ ਕੋਸ਼ਿਸ਼ ਕਰ ਰਹੀ ਹੈ ਅਜਿਖ ਅਖਬਾਰਾਂ ਚ ਹੈ ਕਿ ਉਹਨੂੰ ਲਿਆਉਣ ਕੇ ਤਾਂ ਕਿ ਗੁਰਮੀਤ ਸਿੰਘ ਖੁੱਡੀਆਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ ਉਹਨੇ ਜੀ ਆਉਣਾ ਪਰ ਗੁਰਮੀਤ ਸਿੰਘ ਖੁੱਡੀਆਂ ਦੇ ਮਾਲਵੇ ਚ ਇੱਕ ਗੱਲ ਦੀ ਤੰਪ ਪੈ ਚੁੱਕੀ ਹੈ ਕਿ ਜਿਹੜੇ ਬਾਦਲਾਂ ਨੂੰ ਅਜੇ ਤੱਕ ਕੋਈ ਨਹੀਂ ਹਰਾ ਸਕਿਆ ਉਹਨਾਂ ਨੂੰ ਵੱਡੇ ਬਾਦਲ ਸਾਹਿਬ 11 ਵਾਰੀਆਂ ਦੇ ਐਮਐਲਏ ਤੇ 5 ਵਾਰੀਆਂ ਦੇ ਮੁੱਖ ਮੰਤਰੀ ਨੂੰ ਇਹਨੇ ਹਰਾ ਦਿੱਤਾ ਸੀ ਉਹਦਾ ਕਰਕੇ ਬਠਿੰਡੇ ਚ ਉਹ ਜਿਹੜੇ ਗੁੱਟ ਬਗਾਨ ਇਜ਼ਹਾਫਤਨ ਅੱਧਾ ਕੰਮ ਤਾਂ ਆਮ ਪ੍ਰਭਾਵਿਕ ਜਿੱਦਾਂ ਹੋਇਆ ਪਿਆ ਬਾਕੀ ਦੀ ਗੱਲ ਐ ਪਰ ਲੜਾਈ ਉੱਥੇ ਗਹਿਗਾਚ ਹੋਵੇਗੀ ਉਹ ਗਹਿਗਾਚ ਲੜਾਈ ਜੇ ਗੁਰਮੀਤ ਸਿੰਘ ਖੁੱਡੀਆਂ ਤੇ ਬੀਬੀ ਹਰਸਿਮਰਤ ਕੋਹੜਾ ਤੇ ਤਾਂ ਹੀ ਹੋਵੇਗੀ ਤੇ ਜੇ ਬਾਦਲਪਿੰਡ ਚੋ ਇਹ ਤੀਸਰਾ ਬਾਦਲ ਆ ਗਿਆ ਪਤੇ ਸਿੰਘ ਬਾਦਲ ਤੇ ਲੜਾਈ ਹੋਰ ਪਖਮੀ ਹੋ ਸਕਦੀ ਐ ਬਾਕੀ ਪਾਰਟੀਆਂ ਨੇ ਜੇ ਪੱਤੇ ਨਹੀਂ ਖੋਲੇ ਜੀ ਕੰਨਸਾ ਸਿਆਸਤ ਦੀ ਗੱਲ ਚੱਲਦੀ ਹੈ ਤੇ ਖਬਰ ਆਈ ਹੈ ਕਿ ਪਟਿਆਲੇ ਤੋਂ ਪ੍ਰਨੀਤ ਕੌਰ ਹੋਰ ਨੇ ਕਾਂਗਰਸ ਛੱਡ ਦਿੱਤੀ ਹੈ ਤੇ ਭਾਜਪਾ ਚ ਸ਼ਾਮਲ ਹੋ ਗਏ। ਉਧਰ ਬੀਬੀ ਜਗੀਰ ਕੌਰ ਨੇ ਵੀ ਦੁਬਾਰਾ ਸਰਗਰਮੀਆਂ ਸ਼੍ਰੋਮਣੀ ਕਾਲੀ ਦਲ ਵਿੱਚ ਸ਼ੁਰੂ ਕਰ ਦਿੱਤੀਆਂ ਨੇ। ਇਹ ਦੋਹਾਂ ਖਬਰਾਂ ਬਾਰੇ ਕੀ ਕਹਿਣਾ ਜੀ? ਉਹ ਗੱਲ ਹੈ ਕਿ ਜਿੱਥੋਂ ਤੱਕ ਬੀਬੀ ਪ੍ਰਨੀਤ ਕੌਰ ਦਾ ਸਵਾਲ ਹੈ ਇੱਕ ਪੰਜਾਬੀ ਦਾ ਮੁਹਾਵਰਾ ਜਿੱਥੇ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ। ਇੱਥੇ ਇੱਕ ਜਿੱਥੇ ਗਿਆ ਕੈਪਟਨ ਮਗਰ ਗਿਆ ਪਰਿਵਾਰ। ਜਦੋਂ ਕੈਪਟਨ ਸਾਹਿਬ ਕਾਲੀਆਂ ਸੀ ਬੀਬੀ ਜੀ ਰਾਜਨੀਤੀ 'ਚ ਬਹੁਤ ਸਗਰਮਤਾ ਨਹੀਂ ਸੀ। ਪਰ ਕਾਲੀ ਦਲ ਦੇ ਵਿਰੋਧੀ ਸੀ ਉਹਦੇ ਨਾਲ ਹੀ ਸੀ ਇਹ ਕਾਂਗਰਸ ਵੱਲੋਂ ਆ ਗਏ ਇਹਨਾਂ ਨੇ ਬੀਬੀ ਜੀ ਨੂੰ ਛੋਣ ਡਾਇ ਬੀਬੀ ਜਿੱਤ ਗਈ ਹੁਣ ਬੀਬੀ ਬੀਬੀ ਸਿਰਫ ਜਿੱਤਦੀ ਨਹੀਂ ਰਹੀ ਬਿਹਾਰਤੀ ਵੀ ਰਹੀ ਜੀ ਹੁਣ ਬੀਬੀ ਨੂੰ ਫਿਰ ਕਾਂਗਰਸ ਪਾਰਟੀ ਛੱਡ ਕੇ ਤੇ ਭਾਜਪਾ ਚ ਸ਼ਾਮਲ ਕਰਾਉਣ ਦਾ ਮਤਲਬ ਇਹ ਹੈ ਕਿ ਪਟਿਆਲੇ ਦੀ ਸੀਟ ਤੋਂ ਟਿਕਟ ਉਹਨਾਂ ਦਿੱਤੀ ਜਾਉ ਕੈਪਟਨ ਅਮਰਿੰਦਰ ਨੀੜੜਾ ਪਹਿਲਾਂ ਚਰਚਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਤੀ ਜਯੰਦਰ ਕੋਰ ਉਥੇ ਛੋਣ ਲੜੇ ਪਰ ਜਿਉ ਨੂੰ ਚੋਣ ਲੜਨ ਦੇ ਇਹਨੂੰ ਬੀਬੀ ਪ੍ਰਨੀਤ ਕੌਰ ਨੂੰ ਸਦੀਪਾ ਦੇਣ ਦੀ ਲੋੜ ਨਹੀਂ ਸੀ ਜੀ ਇਹ ਤੋਂ ਤੇ ਉਹ ਲੱਗਦਾ ਦੂਸਰਾ ਪਾਸਾ ਆ ਜਾਂਦਾ ਬੀਬੀ ਜਗੀਰ ਕੌਰ ਦਾ ਅਕਾਲੀ ਦਲ ਆਪਣੇ ਆਪ ਨੂੰ ਬੜਾ ਲਵਾਰਸ ਜਾਂ ਖਡੂਰ ਸਾਹਿਬ ਵਰਕੇ ਚ ਸਮਝਦਾ ਸੀ ਉਹਨਾਂ ਕੋਲ ਡੱਟ ਡਲੇਦਾਰ ਬੰਦਾ ਹੈ ਨਹੀਂ ਸੀ ਕੋਈ ਸਮਝਦੇ ਸੀ ਕੇਸ ਲੜਾਈ ਦੇ ਵਿੱਚ ਕੋਈ ਢੱਲੇਦਾਰ ਉਮੀਦਵਾਰ ਖੜਾ ਕੀਤਾ ਜਾਵੇ ਪਿਛਲੀ ਵਾਰ ਵੀ ਬੀਬੀ ਜਗੀਰ ਕੌਰ ਨੇ ਚੋਣ ਲੜੀ ਸੀ ਹਾਂ ਹੁਣ ਐਨ ਚੌਂਣ ਦੇ ਨੇੜੇ ਆ ਕੇ ਜਿਸ ਤਰ੍ਹਾਂ ਹਫੜਾ ਦਫੜੀ ਚੋਂ ਨੂੰ ਵਾਪਸ ਲਿਆਂਦਾ ਗਿਆ ਕਹਿੰਦੇ ਜੀ ਬੀਬੀ ਨੇ ਘਰ ਵਾਪਸੀ ਕੀਤੀ ਘਰ ਵਾਪਸੀ ਤੇ ਕੀਤੀ ਹੋਗੀ ਸੁਖ ਸੁਖਦੇਵ ਸਿੰਘ ਢੇਂਡ ਸੇ ਨੇੜਾ ਛੱਡ ਕੇ ਗਿਆ ਸੀ ਤੇ ਮੁੜਿਆ ਮੈਂ ਇਹੋ ਜੇ 20 ਗਣ ਸਕਦਾ ਪਰ ਬੀਬੀ ਜਗੀਰ ਕੋਲ ਦੀ ਕੋਈ ਘਰ ਵਾਪਸੀ ਨਹੀਂ ਘਰ ਵਾਪਸੀ ਤਾਂ ਜਿਉਂ ਨੇ ਛੱਡਿਆ ਹੋਵੇ ਉੱਥੇ ਪਹਿਲੇ ਦਿਨ ਤੋਂ ਕਹਿੰਦੀ ਰਹੀ ਮੈਂ ਤਾਂ ਕਾਲੀਦਰ ਛੱਡਿਆ ਨਹੀਂ ਤੁਸੀਂ ਆ ਮੈਨੂੰ ਕੱਢਿਆ ਮੇਰੇ ਖਰਾਬ ਮਤਾ ਪਾਸ ਕੀਤਾ ਸੀ ਜੀ ਆਪਣਾ ਮਤਾ ਰੱਦ ਕਰੋ ਮੈਂ ਤੇ ਅੱਜ ਵੀ ਕਾਲੀਦਰ ਚਾ ਮੈਂ ਕਾਲੀਦਰ ਤੋਂ ਭੱਜੀ ਸੋ ਮੈਂ ਕਦੇ ਨਾ ਗਈ ਤੀ ਇਤ ਤੁਸੀਂ ਕੀਤਾ ਸੀ ਤੁਸੀਂ ਆਪਣਾ ਮਤਾ ਰੱਦ ਕਰ ਦਿਓ ਤੇ ਮੈਂ ਤਾਂ ਕੱਲ ਹੀ ਕੱਲ ਹੀ ਮੈਨੂੰ ਕੀ ਫਰਕ ਪੈਂਦਾ ਉਹ ਜਦੋਂ ਉਹਨਾਂ ਨੇ ਆਪੇ ਹੀ ਮਤਾ ਪਾਸ ਕੀਤਾ ਸੀ ਤੇ ਆਪੇ ਹੀ ਮਤਾ ਰੱਦ ਕਰਤਾ ਤੇ ਬੀਬੀ ਦੀ ਕੋਈ ਘਰ ਵਾਪਸੀ ਨਹੀਂ ਘਰ ਵਾਪਸੀ ਕੋਈ ਨਹੀਂ ਇਹਨਾਂ ਨੇ ਦਰਵਾਜ਼ੇ ਵਾਰ ਕਰਤਾ ਸੀ ਦਰਵਾਜ਼ੇ ਲਾ ਕੇ ਖਲੋਤੀ ਰਹੀ ਗਈ ਕਿਸੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਤੇ ਹੋਈ ਨਹੀਂ ਅਜੇ ਤੱਕ ਜੀ ਹੁਣ ਉਹ ਤਾਂ ਅੱਗੇ ਇੱਥੇ ਮੁਸਕਰਾ ਦੋ ਨੇ ਇੱਕ ਇੱਕ ਜਦੋਂ ਬੀਬੀ ਨੂੰ ਪਾਰਟੀ ਤੋਂ ਕੱਢਿਆ ਗਿਆ ਜਿਹੜੇ ਬੰਦਿਆਂ ਨੇ ਇਹ ਜਾਣੇ ਬਗੈਰ ਕਿ ਉਹਦਾ ਸਤਕਾਰ ਕੀ ਹੈ ਇੱਕ ਖਾਸ ਪਾਈਚਾਰੇ ਦੇ ਵਿੱਚ ਦੀ ਧਾਰਮਿਕ ਆਗੂ ਦੇ ਤੌਰ ਤੇ ਵੀ ਜਿਹੜੀ ਦਿਖ ਹੈ ਤੇ ਖਾਸ ਕਰਕੇ ਵੀ ਇਸਤਰੀ ਆਗੂ ਆ ਔਰਤਾਂ ਬਾਰੇ ਸੋਚ ਕੇ ਬੋਲਣਾ ਚਾਹੀਦਾ ਜਿਨ੍ਹਾਂ ਨੇ ਬਾਰੇ ਬਹੁਤ ਪੁੱਠਾ ਸਿੱਧਾ ਬੋਲੇ ਸੀ ਉਹ ਪਾਰਟੀ ਪ੍ਰਧਾਨ ਦੇ ਖੱਬੇ ਸੱਜੇ ਜਦੋਂ ਦੋਹਾਂ ਨੇ ਖਲੋਤੇ ਹੋਣਗੇ ਤੇ ਬੀਬੀ ਵੀ ਉੱਥੇ ਹੋ ਤੇ ਫਿਰ ਬਣੇਗਾ ਕੀ ਤੇ ਦੂਸਰਾ ਇਹ ਕਿ ਬੀਬੀ ਜੀ ਨੇ ਜੜੀਆਂ ਚਰਤਾ ਲਾਈਆਂ ਸੀ ਕਿ ਪਾਰਟੀ ਪ੍ਰਧਾਨ ਧਾਰਮਿਕ ਮਾਮਲਿਆਂ ਦੇ ਦਖਲ ਨਾ ਦੇਵੇ ਪਾਰਟੀ ਪ੍ਰਧਾਨ ਰਾਜਸੀ ਟਿਕਟਾਂ ਵਿਧਾਨ ਸਭਾ ਦੇ ਪਾਰਲੀਮੈਂਟ ਵਿੱਚ ਦਖਲ ਨਾ ਦੇਵੇ ਕਿ ਪ੍ਰਧਾਨ ਸਾਹਿਬ ਮੰਨ ਜਾਣਗੇ ਇਹ ਕੁਝ ਗੱਲਾਂ ਜਿਨ੍ਹਾਂ ਦੀ ਬਰਸਤੀਤੀ ਅਜੇ ਤੱਕ ਸਪਸ਼ਟ ਨਹੀਂ ਹੋ ਰਹੀ ਫਿਰ ਵੀ ਬੀਬੀ ਜੀ ਆਪਣੇ ਪਾਰਟੀ ਦੇ ਵਿੱਚ ਉਹਨੂੰ ਆਪੇ ਥਾਂ ਉਹਨਾਂ ਦਿੰਦੀ ਆ ਘਰ ਵਾਪਸੀ ਫਿਰ ਵੀ ਨਹੀਂ ਮਮੰਦ ਪਰ ਜੋ ਵੀ ਹੈ ਠੀਕ ਹੈ ਰਾਜਨੀਤਿਕ ਘਟਨਾ ਕਰ ਮੈਂ ਚੋਣਾਂ ਨੇੜੇ ਦਾ ਵਾਪਰਦਾ ਹੀ ਹੁੰਦਾ ਬਿਲਕੁਲ ਪੰਨੂ ਸਾਹਿਬ ਅੱਗੇ ਵੱਧਦੇ ਗੱਲ ਕਰਨੀਆਂ ਕਿਸਾਨਾਂ ਦੀ ਅੱਜ ਦਿੱਲੀ ਚ ਮਹਾ ਪੰਚਾਸੀ ਕਿਸਾਨਾਂ ਨੇ ਰੱਖੀ ਹਾਲਾਂਕਿ ਆਉਂਦੇ ਕਿਸਾਨਾਂ ਨੂੰ ਬਹੁਤਾਂ ਨੂੰ ਰੋਕਣ ਦਾ ਯਤਨ ਵੀ ਕੀਤਾ ਗਿਆ ਪਰ ਕੁਝ ਨਵੇਂ ਐਲਾਨ ਵੀ ਕੀਤੇ ਆ ਕਹਿੰਦੇ ਪਿੰਡ-ਪਿੰਡ ਜਾ ਕੇ ਅਸੀਂ ਹੁਣ ਪ੍ਰਚਾਰ ਵੀ ਕਰਾਂਗੇ ਇਹ ਜਿਹੜੀ ਮਹਾਪੰਚਾਇਤ ਹੋਈ ਐ ਕੀ ਲੱਗਦਾ ਕਿ ਕਿੱਦਨੂ ਜਾਵੇਗੀ ਗੱਲ ਦੇਖੋ ਕਿਸਾਨਾਂ ਨੇ ਇੱਕ ਸੰਘਰਸ਼ ਸ਼ੁਰੂ ਕੀਤਾ ਹੋਇਆ ਅੱਜਕੱਲ ਫਿਰ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਤੇ ਇਕ ਤਾਂ ਤੇ ਰੋ ਨੇ ਹੂੰ ਦੂਸਰੀ ਤਰ੍ਹਾਂ ਤੋਂ ਪਾਸੇ ਸੀ ਉਹਨਾਂ ਨੂੰ ਤਿਆਰ ਸੀ ਪਰ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ ਉਹ ਕਹਿੰਦੇ ਹਾਂ ਵੀ ਹਾਂ ਉਹਨਾਂ ਨੂੰ ਲੈਣ ਨੂੰ ਤਿਆਰ ਨਹੀਂ ਸੀ ਅੜਕੇ ਬਹੁਤ ਸੀ ਮਤਭੇਦ ਬਹੁਤ ਸੀ ਉਹ ਅਜੇ ਵੀ ਇੱਥੇ ਬੈਠੇ ਇਹ ਦਿੱਲੀ ਨੂੰ ਚਲੇ ਗਏ ਸਰਕਾਰ ਕਹਿੰਦੀ ਸੀ ਕਿ ਜੇ ਦਿੱਲੀ ਜਾਣਾ ਬਲਡੋజర్, ਟਰੈਕਟਰ, ਜੀਸੀਬੀ ਮਸ਼ੀਨਾ, ਪੋਕ੍ਰੇਨ ਮਸ਼ੀਨਾ ਇਹ ਨਾਲ ਲੈ ਜਾਣ ਦੀ ਕੀ ਲੋੜ ਹੈ ਤੁਸੀਂ ਇਕੱਲੇ ਜਾਓ। ਦੂਸਰਾ ਇਹ ਕਿ ਟਰੈਕਟਰ ਟਰਾਲੀਆ ਕਿ ਮਤਲਬ ਤੁਸੀਂ ਰੇਲਾਂ ਬੱਸਾਂ ਤੇ ਜਾਓ। ਐਸ ਵਾਰੀ ਕਿਸਾਨ ਰੇਲਾਂ ਬੱਸਾਂ ਤੇ ਚਲੇ ਗਏ। RAMLILA ਗਰਾਊਂਡ ਦੇ ਵਿੱਚ ਕਹਿੰਦੇ ਆ ਕਿ ਕਾਫੀ ਵੱਡੀ ਗਿਣਤੀ ਚ ਕਿਸਾਨ ਪਹੁੰਚ ਗਿਆ। ਇਨੇ ਕਿਸਾਨਾਂ ਨੂੰ ਸੰਭਾਲਣਾ ਸਰਕਾਰ ਵਾਸਤੇ ਔਖਾ ਨਹੀਂ ਹੁੰਦਾ। ਸੋ ਗਰਸਬਾਹ ਲਿੰਗਿਆ ਕੋਈ ਗੱਲ ਨਹੀਂ ਉਹਦੇ ਨਾਲੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਉੱਥੇ ਜਾ ਕੇ ਜਿੱਥੇ ਸਰਕਾਰ ਪਹਿਲਾਂ ਕਹਿੰਦੀ ਸੀ ਜਾਣਾ ਚੱਲ ਜਾਓ ਤੇ ਮੁੜ ਕੇ ਜਾਣ ਲੱਗੇ ਤੇ ਰੁਕ ਗਿਆ ਸੀ ਉਸ ਤਾਂ ਤੇ ਜਾ ਕੇ ਜਿੰਨਾ ਕੱਟ ਕਰ ਲਿਆ ਤੇ ਕੱਟ ਦੇ ਵਿੱਚ ਇਹਨਾਂ ਨੇ ਮਤੇ ਪਾਸ ਕੀਤੇ ਮਤੇ ਉਹੀ ਪੁਰਾਣੇ ਆ ਮੁਰਮੁਰ ਕੇ ਸਾਡੀਆਂ ਆ ਮੰਗਾ ਨੇ ਆ ਮੰਗਾ ਨੇ ਬਹੁਤਾ ਜੋਰ ਇਸ ਗੱਲ ਤੇ ਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤਰਫਾ ਤੌਰ ਦੇ ਉੱਤੇ ਇਹ ਐਲਾਨ ਕੀਤਾ ਕਿ ਮੇਰੀ ਬੰਦਗੀ ਮੇਰੀ ਭਗਤੀ ਦੇ ਵਿੱਚ ਕੁਝ ਨਾ ਕੁਝ ਕਸਰ ਰਹਿ ਗਈ ਇਸ ਕਰਕੇ ਮੈਂ ਕਿਸਾਨਾਂ ਦਾ ਭਲਾਰੀ ਕਰ ਸਕਿਆ। ਪਰ ਉਹ ਤੇ اڈਾਨੀ ਦਾ ਕਰਨਾ ਸੀ ਨਾਲੇ ਕੇ ਕਿਸਾਨਾਂ ਦਾ ਉਹ ਪੁੱਤ ਦਾ ਪੱਜ ਤੇ ਮਾਂ ਦਾ ਰਜ ਕਿਸਾਨਾਂ ਦਾ ਪੱਜ ਬਣਾ ਕੇ ਉਹ ਜਿਹੜਾ ਸਾਰੇ ਭਾਰਤ ਦੀ ਬੇਬੇ ਬਣਿਆ ਪਿਆ ਅਜਕਲ ਉਹਦੇ ਵਾਸਤੇ ਖਜ਼ਾਨਾ ਖੋਲਣਾ ਸੀ। ਉਹ ਖੋਲ ਨਹੀਂ ਸਕਿਆ ਕਹਿੰਦੇ ਮੇਰੀ ਭਗਤੀ ਚ ਕਸਰ ਰਹਿ ਗਈ ਤਾਂ ਨਹੀਂ ਹੋ ਸਕਿਆ। ਭਾਈ ਉਹਨੂੰ ਜਾ ਕੇ ਸਪਸ਼ਟੀ ਕਰਨ ਦੇ ਸਾਨੂੰ ਕਿ ਕਿਸਾਨ ਨੇ ਕਹਿੰਦੇ ਆ ਕਿ ਉਹਦੋਂ ਜਿਹੜਾ ਐਲਾਨ ਕੀਤਾ ਸੀ ਕਿ ਮੈਂ ਉਹ ਤਿੰਨੇ ਬਿੱਲ ਵੀ ਰੱਦ ਕੀਤੀ ਕੋਈ ਬਿਜਲੀ ਵਾਲਾ ਬਿੱਲ ਵੀ ਨਹੀਂ ਲਿਆਉ ਇਸ ਗੱਲ ਦੇ ਉੱਤੇ ਪਾਰਲੀਮੈਂਟ ਚ ਵੀ ਪਾਸ ਕਰਤਾ ਪਾਸ ਕਰਕੇ ਰਾਸ਼ਟਰਪਤੀ ਉਤੋਂ ਵੀ ਦਸਕੇ ਕਰਾ ਲੇ ਫਿਰ ਉਹ ਨੋਟੀਫਾਈ ਅੱਜ ਤੱਕ ਕਿਉਂ ਨਹੀਂ ਕੀਤਾ ਗਿਆ ਸਾਨੂੰ ਬੇਕੂਫ ਬਣਾਇਆ ਗਿਆ ਇਹਦਾ ਜਵਾਬ ਸਰਕਾਰ ਕੋਲ ਹੈ ਨਹੀਂ ਹੁਣ ਜੇ ਦੋਨਾਂ ਕੋਲ ਜਵਾਬ ਹੈ ਨਹੀਂ ਕਿਸਾਨ ਉੱਥੇ ਜਾ ਕੇ ਧਰਨੇ ਤੇ ਬੈਠੇ ਨੇ ਮਹਾਪੰਚਾਇਤ ਕੀਤੀ ਮਹਾਪੰਚਾਇਤ ਦੇ ਵਿੱਚ ਇਹਨਾਂ ਨੇ ਕੋਈ ਦੋ ਪਰਿਵਾਰਾਂ ਦਾ ਵਿਆਹ ਦਾ ਝਗੜਾ ਹੱਲ ਨਹੀਂ ਕਰਨਾ ਇਹਨਾਂ ਨੇ ਕਿਸੇ ਦਾ ਜ਼ਮੀਨ ਦਾ ਜਾਂ ਘਰ ਦੇ ਕਬਜ਼ੇ ਦਾ ਮਾਮਲਾ ਹੱਲ ਨਹੀਂ ਕਰਦਾ ਇਹ ਤਾਂ ਇਹਦਾ ਤਾਂ ਮੁੱਦਾ ਤੇ ਇੱਕੋ ਹੀ ਮੁੱਦਾ ਹੈ ਕਿਸਾਨ ਨੂੰ ਫਸਲਾਂ ਤੇ ਨਸਲਾਂ ਦੀ ਚਿੰਤਾ ਉਸ ਮੁੱਦੇ ਤੇ ਅੱਜ ਇਹਨਾਂ ਨੇ ਵਿਚਾਰਾਂ ਕੀਤੀਆਂ ਤੇ ਵਿਚਾਰਾਂ ਕਰਦਿਆਂ ਕਰਦਿਆਂ ਸਰਕਾਰ ਤੇ ਜ਼ੋਰ ਦਿੱਤਾ ਕਿ ਭਾਈ ਇਹਨਾਂ ਮੁੱਦਿਆਂ ਤੇ ਤੁਹਾਨੂੰ ਸਾਡੇ ਨਾਲ ਗੱਲ ਕਰਨੀ ਪੈਣੀ ਹੈ ਨਾਲ ਉਹਨਾਂ ਨੇ ਆਖਿਆ ਕਿ ਹੁਣ ਅਸੀਂ ਸਿਰਫ ਚੰਡੀਗੜ੍ਹ ਦੇ ਵਿੱਚ ਦਿੱਲੀ 'ਚ ਬਾਰਡਰਾਂ ਦੇ ਉੱਤੇ ਖਨੌਰੀ ਤੇ ਸ਼ੰਭੂ ਬੈਗਰਤ ਨਹੀਂ ਰਹਿਣਾ ਉਹਨਾਂ ਹੀ ਪਿੰਡ-ਪਿੰਡ ਵੀ ਪਹੁੰਚਾਂਗੇ ਇੱਥੇ ਆ ਕੇ ਮੈਨੂੰ ਥੋੜਾ ਜਿਹਾ ਹੈਰਾਨੀ ਹੁੰਦੀ ਹੈ ਉਹਨਾਂ ਨੇ ਪਿੰਡ-ਪਿੰਡ ਪਹੁੰਚਣ ਦੀ ਲੋੜ ਕੀ ਜੀ ਅੱਗੇ ਤਾਂ ਉਹਨਾਂ ਨੇ ਮੋਰਚਾ ਲਾਇਆ ਸੀ ਤੇ ਪਿੰਡ-ਪਿੰਡ ਤੱਕ ਇਹਨਾਂ ਦੀ ਹਵਾ ਆਪ ਹੀ ਪਹੁੰਚ ਗਈ ਸੀ ਪਿੰਡਾਂ 'ਚ ਉਹ ਲੋਕਾਂ ਨੇ ਟਰਾਲੀਆਂ ਖੋਇਆਂ ਦੀਆਂ ਪਿੰਨੀਆਂ ਤੇ ਪਰੌਂਠਿਆਂ ਦੀਆਂ ਬਣਾ ਬਣਾ ਕੇ ਦਿਲੀ ਕਰਤੀਆਂ ਸੀ ਔਰਤਾਂ ਜਥੇ ਬਣਾ ਕੇ ਜਾਂਦੀਆਂ ਸੀ ਕਿ ਅਸੀਂ ਉੱਥੇ ਲੰਗਰ ਦੀ ਸੇਵਾ ਕਰਿਆ ਕਰਾਂਗੇ ਉਹ ਸਾਰਾ ਕੁਝ ਇਹਨਾਂ ਨੂੰ ਹੁਣ ਉੱਥੇ ਜਾਣ ਦੀ ਲੋੜ ਕਿਉਂ ਪਈ ਕੇਸ ਕਰਕੇ ਕਿ ਲੋਕ ਸਵਾਲ ਲੈਣੇ ਜਿਆਦਾ ਚੁੱਕਦੇ ਆ ਤੇ ਉਹਨਾਂ ਸਵਾਲਾਂ ਦੀਆਂ ਸਮਝਾਉਣੀਆਂ ਸਪੈਸੀਫਿਕ ਕਰਨ ਦੇਣ ਵਾਸਤੇ ਉੱਤੇ ਜਾਣਾ ਪਊਗਾ। ਜਾਂ ਕੋਈ ਹੋਰ ਕਾਰਨ। ਪਰ ਫਿਰ ਵੀ ਜਿਹੜੇ ਮੁੱਦੇ ਇਹਨਾਂ ਨੇ ਚੁੱਕੇ ਉਹ ਮੁੱਦੇ ਜਾਇਜ਼ ਨੇ, ਮਤਭੇਦ ਕੋਈ ਹੋਣ ਤੇ ਉਹਨਾਂ ਜਥੇਬੰਦੀਆਂ ਦੇ ਆਉਣਗੇ। ਕਿਸਾਨਾਂ ਦੇ ਕੋਈ ਮਤਭੇਦ ਨਹੀਂ ਗਏ। ਕਿਸਾਨ ਚਾਹੁੰਦੇ ਆ ਸਾਡੇ ਮਸਲੇ ਹੱਲ ਹੋਣ। ਤੇ ਉਹਨਾਂ ਮਸਲਾਂ ਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਆ। ਕਿਸਾਨ ਬਹੁਤਾ ਚਿਰ ਚੁੱਪ ਨਹੀਂ ਰਹਿ ਸਕਦਾ। ਚੋਣਾਂ ਦੌਰਾਨ ਵੀ ਜੇਕਰ ਨੂੰ ਕੋਈ ਵੱਡਾ ਪਟਾਖਾ ਪੈਗਾ ਤੇ ਫੇਰ ਗੱਲ ਮੁਸ਼ਕਲ ਬਣੂਗੀ। ਜੀ। ਪਰ ਸਭ ਲੁਧਿਆਣੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਇੱਕ ਕਲਰਕ ਨੇ ਲੇਡੀ ਟੀਚਰ ਨੂੰ ਬੁਰਾ ਭਲਾ ਬੁਲਿਆ ਜੀ ਇਹ ਪੂਰਾ ਮਾਮਲਾ ਕੀ ਹੈ ਕਿਉਂਕਿ ਚਰਚਾ ਬਹੁਤ ਹੋ ਰਹੀ ਹੈ ਦੇਖੋ ਮਾਮਲਾ ਸਰਕਾਰੀ ਕਾਲਜ ਦਾ ਦੱਸਦੇ ਆ ਉੱਥੇ ਇੱਕ ਕਲਰਕ ਕਹ ਉਹਦੇ ਬਾਰੇ ਕਿਹਾ ਜਾਂਦਾ ਕਿ ਬਹੁਤ ਮੂੰਹ ਫਟ ਉਹ ਆਡੀਓ ਵੀਡੀਓ ਦੋਵੇਂ ਤੁਰੀਆਂ ਫਿਰਦੀਆਂ ਨੇ ਕਹਿੰਦੇ ਮਸਲਾ ਤਾਜ਼ਾ ਨਹੀਂ ਜੀ ਕੁਝ ਦਿਨ ਪੁਰਾਣਾ ਪਰ ਜਿਹੜੀਆਂ ਗੱਲਾਂ ਉਹਦੇ ਵਿੱਚ ਵੀਡੀਓ 'ਚ ਉਸ ਪੜ੍ਹੀ ਲਿਖੀ ਪ੍ਰੋਫੈਸਰ ਨੂੰ ਇੱਜ਼ਤਦਾਰ ਔਰਤ ਨੂੰ ਆਖੀਆਂ ਗਈਆਂ। ਉਹ ਸਾਰੀਆਂ ਗੱਲਾਂ ਸਿਰੇ ਦੀ ਪੱਤ ਮਿਜੀ। ਇਦਾਂ ਦੀਆਂ ਗੱਲਾਂ ਕਿਸੇ ਔਰਤ ਨੂੰ ਸਿੱਧੇ ਤੌਰ ਤੇ ਮੂੰਹ ਤੇ ਆਖਣੀਆਂ ਤੇ ਵੱਖਰੀ ਗੱਲ ਆ। ਮੈਂ ਉਸ ਕਲਰਕ ਨੂੰ ਪੁੱਛਦਾ ਕਿ ਜਿਹੜੀਆਂ ਗੱਲਾਂ ਤੂੰ ਕਹੀਆਂ ਜੇ ਤੇਰੇ ਘਰ ਦੇ ਦਰਵਾਜ਼ੇ ਤੇ ਖਲੋ ਕੇ ਤੇਰੇ ਘਰ ਵੱਲ ਮੂੰਹ ਵੀ ਨਾ ਕੀਤਾ ਜਾਵੇ। ਦੋ ਬੰਦੇ ਆਪੋ ਵਿੱਚ ਉਹੋ ਹੀ ਗੱਲਾਂ ਸਾਰੀਆਂ ਕਰਨ। ਤੁਹਾਡੇ ਘਰ ਦੇ ਵਿੱਚ ਵੀ ਸੁਣਾਈ ਦਿੰਦੀਆਂ ਹੋਣ ਭਲਾ ਕਿੰਦਾ ਲੱਗੂਗਾ ਬਿਲਕੁਲ ਚੰਗਾ ਲੱਗੂ ਭਲਾ ਤੈਨੂੰ ਭਲਕੇ ਘਰ ਰੋਟੀ ਮਿਲ ਜਊਗੀ ਇੰਨਾ ਕੰਨਾ ਤੱਕ ਮੂੰਹ ਪਾਟਾ ਹੋਵੇ ਪਰ ਇੱਕ ਗੱਲ ਨਵਜੀਤ ਜੀ ਪੰਜਾਬੀ ਚ ਮੁਹਾਵਰਾ ਜੀ ਕੱਟਾ ਕਿੱਲੇ ਦੇ ਜੋਰ ਤੇ ਟਿੰਗੜਦਾ ਬਿਲਕੁਲ ਉਸ ਬੰਦੇ ਬਾਰੇ ਸਾਰੇ ਲੁਧਿਆਣੇ ਚ ਮਸ਼ਹੂਰ ਹੈ ਕਿ ਉਹਦੀ ਪਿੱਠ ਤੇ ਕੋਈ ਹਸਤੀ ਆ ਲੁਧਿਆਣੇ ਦੀ ਜਿਹੜੇ ਸਿੱਖਿਆ ਵਿਭਾਗ ਦੇ ਵਿੱਚ 36 ਸ਼ਿਕਾਇਤਾਂ ਦੇ ਬਾਵਜੂਦ ਕਾਂਗਰਸੀ ਸਰਕਾਰ ਵੇਲੇ ਵੀ ਚੰਡੀਗੜ੍ਹ ਸੀ ਹੁਣ ਵੀ ਤੁਸੀਂ ਸਾਰਾ ਪੰਜਾਬ ਛੱਡ ਦਿਓ ਉਹਦੀਆਂ ਕੱਲੇ ਦੀਆਂ ਫਾਈਲਾਂ ਫੋਲੋ 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 ਪਰਦਾ ਪਰਦਾ ਬੰਦਾ ਥੱਕ ਜਾਂਦਾ ਫਾਈਲਾਂ ਨਹੀਂ ਮੁੱਕਦੀਆਂ ਉਹਦੇ ਆਪਣੇ ਖਿਲਾਫ ਕਿੰਨਾ ਕੁਝ ਉਹ ਹੇਟਲੇ ਪਾਸੇ ਕੜਜਾਂ ਵਗੈਰਾ ਤੱਕ ਇਸ ਤਰ੍ਹਾਂ ਦੇ ਕੁਸਪੈਟ ਇਸ ਤਰ੍ਹਾਂ ਦੇ ਮਾਮਲੇ ਨੇ ਮੈਂ ਅੱਜ ਉਥੋਂ ਵੀ ਪਤਾ ਕੀਤਾ ਪ੍ਰਸ਼ਾਸਨ ਤੋਂ ਵੀ ਮੈਂ ਕਿਹਾ ਵੀ ਇਸ ਰਾਜ ਦੇ ਵਿੱਚ ਇੱਕ ਕਾਲਜ ਦੀ ਮਹਿਲਾ ਪ੍ਰੋਫੈਸਰ ਨਾਲ ਇਸ ਹੱਦ ਤੱਕ ਬਦਤਮੀਜ਼ੀ ਹੋਵੇ। ਔਰ ਸਾਰੇ ਪੰਜਾਬ ਦੇ ਵਿੱਚ ਘਰ-ਘਰ ਉਹ ਗੱਲ ਚੱਲੀ ਗਈ ਹੋਵੇ। ਤੁਸੀਂ ਕੀ ਕਾਰਵਾਈ ਕੀਤੀ? ਉਹ ਕਹਿੰਦੇ ਜੀ ਅਸੀਂ ਕੇਸ ਦਰਜ ਕਰਤਾ। ਮੈਂ ਕਿਹਾ ਕੇਸ ਦਰਜ ਕਰਨਾ ਕਾਫੀ ਹੈ। ਉਸ ਬੰਦੇ ਦੀਆਂ ਮੁਸ਼ਕਲਾਂ ਮਾਰ ਕਿ ਕਿਉਂ ਨਹੀਂ ਲਿਆਂਦਾ ਗਿਆ? ਲਿਆਉਣਾ ਚਾਹੀਦਾ। ਅਗਲਿਆਂ ਦਿਨਾਂ ਦੇ ਵਿੱਚ ਚੋਣ ਆ ਸਿਰ ਤੇ। ਇਹ ਮੁੱਦਾ ਬਣ ਸਕਦਾ। ਉਹ ਮੁੱਦਾ ਬਣਨ ਤੋਂ ਪਹਿਲਾਂ ਪਹਿਲਾਂ ਜਿਹੜਾ ਮੁੱਦਾ ਬਣਾਉਣ ਵਾਲਾ ਹੈ ਬੰਦਾ। ਉਦੀ ਪੜ ਤੇ ਕੋਈ ਹੋਵੇਗਾ ਬੇਸ਼ੱਕ ਕੋਈ ਵੱਡਾ ਅਫਸਰ ਉੱਥੇ ਬੈਠਾ ਹੋਵੇ ਚੰਡੀਗੜ੍ਹ ਚ ਜਿੰਨਾ ਮਰਜੀ ਬੇਸ਼ਰਮ ਅਫਸਰ ਹੋਵੇ ਜਾ ਉਹਦੇ ਪਿੱਛੇ ਕੋਈ ਵੱਡੀ ਰਾਜਨੀਤਿਕ ਹਸਤੀ ਹੋਵੇ ਜੋ ਰਾਜਨੀਤਿਕ ਹਸਤੀ ਇਹੋ ਜੇ ਬੰਦੇ ਦੀ ਸਪਾਚ ਕਰਦੀ ਹੈ ਤੇ ਉਸ ਹਸਤੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਲਾਜ ਨਹੀਂ ਹੋਣਾ ਚਾਹੀਦਾ ਭਗਵਾਨ ਤੋਂ ਮਾਨ ਦੀ ਸਰਕਾਰ ਤੋਂ ਲੋਕ ਆਸ ਕਰਨਗੇ ਕਿ ਉਸ ਬੰਦੇ ਦੇ ਖਿਲਾਫ ਤੁਸੀਂ ਕਾਰਵਾਈ ਕਰੋ ਔਰ ਕਾਰਵਾਈ ਇਸ ਤਰ੍ਹਾਂ ਦੀ ਮਿਸਾਲੀ ਕਰੋ ਕਿ ਲੋਕਾਂ ਨੂੰ ਸਮਝ ਆਵੇ ਜੀ ਉਧਾ ਹੁਣ ਜੇ ਗੱਲ ਚੱਲ ਪਈ ਤਾਂ ਮੈਂ ਦੱਸ ਦਿਆਂ ਇਸ ਵਿਭਾਗ ਚ ਬਹੁਤ ਕੁਝ ਗਲਤ ਹੋ ਰਿਹਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕਹਿੰਦਾ ਕਿ ਜਿਹੜੇ ਕਾਲਜਾਂ ਦੇ ਵਿੱਚ ਇਹਨਾਂ ਅਲਿਜੀਬਲ ਬਿਨਾਂ ਯੋਗਤਾ ਤੋਂ ਪ੍ਰਿੰਸੀਪਲ ਲਾਏ ਹੋਏ ਆ ਉਹਨੇ ਗ੍ਰਾਂਟਾਂ ਰੋਕੋ ਸਰਕਾਰ ਦਾ ਖਜ਼ਾਨਾ ਖਾਲੀ ਕੀਤਾ ਬਜਾਰਿਆ ਅਨੇਰ ਪਿਆ ਆਪਿਆ ਇੱਕ ਕਾਲਜ ਦੀ ਤਨਖਾਹ ਪ੍ਰਿੰਸੀਪਲ ਦੀ ਰੋਕ ਦਿੱਤੀ ਸਰਕਾਰ ਨੇ ਉਹਨੇ ਤਨਖਾਹ ਕਢਾਉਣ ਵਾਸਤੇ ਆਪਣੇ ਆਪ ਨੂੰ ਪ੍ਰਿੰਸੀਪਲ ਲਿਖੇ ਬਗੈਰ ਕਲਰਕ ਕਲਰਕਾਂ ਤੇ ਪ੍ਰੋਫੈਸਰਾਂ ਦੇ ਵਿਚਾਲੇ ਕਰਕੇ ਆਪਣਾ ਨਾਮ ਭੇਜਦਾ ਹੂੰ ਚੰਡੀਗੜ੍ਹ ਜਾ ਕੇ ਫੜਿਆ ਗਿਆ ਤਨਖਾਹ ਦੀ ਫਿਰ ਰੁਕ ਗਈ ਸੀ ਹੁਣ ਕੱਲ ਦੇ 2-3 ਕਾਲਜਾਂ ਤੇ ਪ੍ਰੋਫੈਸਰ ਜਿਸ ਨਾਮ ਯਾਰਾ ਮਿੱਤਰਾਂ ਕੋਲ ਬਾਗੀਆਂ ਪਾਉਂਦੇ ਪਏ ਕਿ ਸਾਨੂੰ ਕਲੀਨ ਚਿੱਟ ਮਿਲ ਗਈ ਹੈ ਇਹ ਜਿਹੜੇ ਵੀ ਅਫਸਰ ਨੇ ਕਲੀਨ ਚਿੱਟ ਦੇਣੀ ਹੈ ਦੇ ਦੇਣ ਜੇ ਇਹੋ ਜੇ ਮੌਕੇ ਤੇ ਕੋਈ ਕਲੀਨ ਚਿੱਟ ਦਿੱਤੀ ਗਈ ਇਹਨਾਂ ਦੀ ਕਲੀਨ ਚਿੱਟ ਨੂੰ ਜਿਹੜਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੈ ਉਹਦੀਆਂ ਹਦਾਇਤਾਂ ਦੇ ਨਾਲ ਉਹਦੀਆਂ ਗਿੱਠਾਂ ਤੇ ਉਹਦੇ ਗਜਾਂ ਦੇ ਨਾਲ ਮਿਣ ਕੇ ਵੇਖਿਆ ਜਾਣਾ ਇਹ ਗੱਲ ਕੱਲ ਨੂੰ ਸਿੱਖਿਆ ਵਿਭਾਗ ਤੱਕ ਨਾ ਆਵੇ ਮੈਂ ਅੱਜ ਤੱਕ ਅੱਜ 2-3 ਵਾਰ ਕੋਸ਼ਿਸ਼ ਕੀਤੀ ਸੀ ਕਿ ਸਿੱਖਿਆ ਮੰਤਰੀ ਨਾਲ ਗੱਲ ਹੋ ਜਾਵੇ ਤੇ ਮੈਂ ਉਹਨਾਂ ਨੂੰ ਪੁੱਛਾਂ ਕਿ ਮੰਤਰੀ ਜੀ ਤੁਹਾਡੇ ਵਿਭਾਗ ਦਾ ਮਹਿੰਗਾ ਕੰਮ ਹੈ ਇਹਦੇ ਬਾਰੇ ਤੁਹਾਨੂੰ ਪਤਾ ਕਿ ਨਹੀਂ ਪਤਾ ਤੁਹਾਡੇ ਤੋਂ ਪੁੱਛੇ ਬਗੈਰ ਕਲੀਨ ਚੱਟਾਂ ਜਾਰੀ ਹੋ ਰਹੀਆਂ ਨੇ ਪੰਜਾਬ ਦੇ ਖਜ਼ਾਨੇ ਨੂੰ ਕੁੰਡੀ ਤੁਹਾਡੇ ਤੋਂ ਪੁੱਛੇ ਬਗੈਰ ਲਈ ਜਾ ਰਹੀ ਮੰਤਰੀ ਜੀ ਨਾਲ ਤਾਲਮੇਲ ਨਹੀਂ ਹੋ ਸਕਿਆ ਪਰ ਮੈਂ ਚਾਹੂਗਾ ਕਿ ਮੰਤਰੀ ਜੀ ਕੱਲ ਜਾਂ ਪਰਸੋਂ ਤੱਕ ਇਹਦੇ ਬਾਰੇ ਸਥਿਤੀ ਸਪਸ਼ਟ ਕਰਨ ਕਿ ਉਹਦੇ ਮਹਿਕਮੇ ਚੱਕ ਕੀ ਹੋ ਰਿਹਾ ਜੇ ਇਹੋ ਜਿਹਾ ਸਾਰੇ ਪੰਜਾਬ ਤੇ ਰੌਲਾ ਪੈ ਰਿਹਾ ਕਿ ਜੀ ਐਜੂਕੇਸ਼ਨ ਮਾਫੀਆ ਪਾਰੀ ਹੋ ਗਿਆ ਐਜੂਕੇਸ਼ਨ ਮਾਫੀਆ ਗੈਰ ਯੋਗਤਾ ਪ੍ਰਾਪਤ ਬੰਦਿਆਂ ਨੂੰ ਪ੍ਰਿੰਸੀਪਲ ਨਵਾਈ ਜਾਂਦਾ ਸਰਕਾਰ ਦੇ ਫੰਡਾਂ ਨੂੰ ਕੁੰਡੀ ਲਾਈ ਜਾਂਦਾ ਔਰ ਉਸ ਮਾਫੀਆ ਦੀ ਨੇੜਤਾ ਵਾਲਾ ਇੱਕ ਬੰਦਾ ਉੱਠ ਕੇ ਲੁਧਿਆਣੇ ਦੇ ਵਿੱਚ ਐਸਕਸਟਮੀਆ ਗੱਲਾਂ ਕਰੇ ਸਾਰੇ ਪਾਸੇ ਰੌਲਾ ਪੈ ਜੇ ਤੇ ਉਹਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਇਤਿਕਾਰ ਵੀ ਹੋਣੀ ਚਾਹੀਦੀ ਔਰ ਸਖਤੀ ਨਾਲ ਹੋਣੀ ਚਾਹੀਦੀ ਨਾ ਸਿਰਫ ਸਖਤੀ ਨਾਲ ਬਲਕਿ ਸ਼ੇਤੀ ਵੀ ਹੋਣੀ ਚਾਹੀਦੀ ਬਿਲਕੁਲ ਪਰ ਸਾਹਿਬ ਜਾਣਦੇ ਹਾਂ ਤੇ ਗੱਲ ਇੱਕ ਦੇਸ਼ ਇੱਕ ਚੋਣ ਦੀ ਕਰਨੀ ਹੈ ਕਿਉਂਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵੀ ਦੁਰਾ ਦੀ ਡਿਊਟੀ ਲੱਗੀ ਸੀਗੀ ਕਿਉਂਕਿ ਕਮੇਟੀ ਸੀ ਉਹਨਾਂ ਨੇ ਇੱਕ ਰਿਪੋਰਟ ਸੌਂਪੀ ਹੈ ਤੇ ਕਹਿੰਦੇ ਆ ਕਿ 2029 ਤੱਕ ਕਰਾਉਣੀ ਚਾਹੀਦੀ ਹੈ ਚੋਣ ਜੈ ਸਿਫਾਰਿਸ਼ ਕੀਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਜੀ ਤੁਹਾਨੂੰ ਮੇਰੀ ਰਾਏ ਦਾ ਪਤਾ ਮੈਂ ਮੋਢਲੇ ਦਿਨ ਤੋਂ ਹੀ ਇਸ ਗੱਲ ਦੇ ਖਿਲਾਫ ਹਾਂ ਜੀ ਇੱਕ ਦੇਸ਼ ਇੱਕ ਚੋਣ ਗਿਆ ਤਮਾਸ਼ਾ ਚਿੱਕੋ ਦੇਸ਼ ਵਿੱਚ ਚੋਣ ਕਰਾਉਣ ਦਾ ਮਤਲਬ ਇਹ ਆ ਕਿ ਜਦੋਂ ਪਾਰਲੀਮੈਂਟ ਦੀ ਚੋਣ ਹੋਵੇਗੀ ਲੋਕ ਸਭਾ ਦੀ ਉਦੋਂ ਸਾਰੀਆਂ ਵਿਧਾਨ ਸਭਾਵਾਂ ਦੀ ਚੋਣ ਹੋਵੇਗੀ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਮੁਰਾਰਜੀ ਦੇਸਾਈ ਤੇ ਚਰਨ ਸਿੰਘ ਵਰਗੇ ਦੋ ਜਣੇ ਆਪੋ ਚ ਲੜਪਣ ਵੀ ਪੀ ਸਿੰਘ ਤੇ ਚੰਦਰਸ਼ੇਖਰ ਪ੍ਰਧਾਨ ਮੰਤਰੀ ਬਣਨ ਤੋਂ ਲੜਤਣ ਦੇਵਗੋੜਾ ਤੇ ਗੁਜਰਾਲ ਤੇ ਗੱਲ ਨਾ ਨਿਵੇ ਸਰਕਾਰ ਟੁੱਟ ਜੇ ਅਟਰ ਵਿਹਾਰੀ ਵਾਜਪਾਈ ਦੀ ਸਰਕਾਰ ਇੱਕ ਵੋਟ ਦੇ ਉੱਤੇ ਡਿੱਗ ਪਈ ਸੀ ਉਹ ਡਿੱਗ ਪਵੇ ਰਾਜਾਂ ਚ ਸਰਕਾਰਾਂ ਠੀਕ-ਠਾਕ ਚੱਲਦੀਆਂ ਉਹਨਾਂ ਦਾ ਕੀ ਕਸੂਰ ਆ ਕਿ ਸਾਰੀਆਂ ਸਰਕਾਰਾਂ ਇਸ ਕਰਕੇ ਤੋੜ ਦਿੱਤੀਆਂ ਜਾਣ ਕਿ ਕੇਂਦਰ ਵਿੱਚ ਜਿਹੜੇ ਬੈਠੇ ਆ ਉਹ ਆਪਣੀ ਸਰਕਾਰ ਨਹੀਂ ਚਲਾ ਸਕਦੇ ਤੇ ਨਾ ਬਹਾ ਨਹੀਂ ਸਕੇ ਕੀ ਹੋਵੇ ਤੇ ਜੇ ਕਿਸੇ ਸੂਬੇ ਚ ਟੁੱਟ ਜਾਵੇ ਖਾਸ ਕਰਕੇ ਕੱਲ ਨੂੰ ਪੰਜਾਬ ਚ ਟੁੱਟ ਜਾਵੇ ਤੇ ਆਖਿਆ ਜਾਵੇ ਕਿ ਲੋਕ ਸਭਾ ਦੇ ਨਾਲ ਚੋਣ ਹੋਣੀ ਉਹਨਾਂ ਚ ਚੋਣ ਨਹੀਂ ਅਗਲੇ 5 ਸਾਲ ਫਿਰ ਨਰੜ ਬਣਾ ਕੇ ਨਸਰਿਆਂ ਨੂੰ ਰਸੇ ਬਣ ਕੇ ਕਿਧਰ ਬਿਠਾ ਕੇ ਸਰਕਾਰ ਚਲਾਉਣਗੇ ਧੱਕੇ ਨਾਲ ਆਖਣਗੇ ਫਲਾਣਾ ਫਲਾਣਾ ਰਾਜਾ ਅਸੀਂ ਸਰਕਾਰ ਚਲਾਉਣੀ ਹੈ ਜਾ ਫਿਰ ਆਖਣਗੇ ਨਹੀਂ ਚੱਲਦੀ ਟਟੇ ਕੋ ਛਪੋ ਤੁਹਾਡੀ ਥਾਂ ਦੇ ਉੱਤੇ ਅਸੀਂ ਗਵਰਨਰ ਨੂੰ ਮੁੱਖ ਮੰਤਰੀ ਦੇ ਅਧਿਕਾਰ ਦੇ ਦਿੱਤੇ ਆ ਜਦ ਤੱਕ ਪਾਰਲੀਮੈਂਟ ਦੇ 5 ਸਾਲ ਨਹੀਂ ਪੂਰੇ ਹੁੰਦੇ ਗਵਰਨਰ ਚਲਾਊਗਾ ਤੇ ਤੁਸੀਂ ਆਸੇ-ਪਾਸੇ ਤੁਰੇ ਫਿਰਿਓ ਤਮਾਸ਼ਾ ਵੇਖਿਓ ਤੇ ਤਮਾਸ਼ਾ ਬਣਿਓ ਕੀ ਹੋਊਗਾ ਇਸ ਕਰਕੇ ਸਾਰਾ ਸਿਸਟਮ ਗਲਤ ਹੈ ਸਾਡਾ ਹੁਣ ਵਾਲਾ ਸਿਸਟਮ ਠੀਕ ਹੈ ਜਿਹਦੇ ਵਿੱਚ ਇਹ ਹੈ ਕਿ ਜਿੱਥੇ ਇਹੋ ਦਾ ਸਵੱਸਿਆ ਆਵੇ ਭਾਵੇਂ ਕੇਂਦਰ ਸਰਕਾਰ ਹੋਵੇ ਮਾਮਲਾ ਪਾਰਲੀਮੈਂਟ ਦਾ ਹੋਵੇ ਤੇ ਭਾਵੇਂ ਉਹ ਕਿਸੇ ਸੂਬੇ ਦੀ ਵਿਧਾਨ ਸਭਾ ਦਾ ਜਿੱਥੇ ਹੈਗਾ ਨਾਲ ਦੀ ਨਾਲ ਉਹਨਾਂ ਦਾ ਕੰਮ ਹੁੰਦਾ ਜਾਵੇ ਇਹਨੂੰ ਕਿਸੇ ਵੀ ਸੂਰਤ ਇੱਕ ਦੂਸਰੇ ਨਾਲ ਬਿਲਕੁਲ ਨਹੀਂ ਬੰਨਣਾ ਚਾਹੀਦਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਚ ਬਣੀ ਕਮੇਟੀ ਨੇ ਕਹਿੰਦੇ ਅਜੇ ਰਿਪੋਰਟ ਜਾ ਕੇ ਭਾਰਤ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਸੌਂਪ ਦਿੱਤੀ ਹੈ ਰਾਸ਼ਟਰਪਤੀ ਨੇ ਤੇ ਕੁਝ ਨਹੀਂ ਕਰਨਾ ਹੁੰਦਾ ਉਹਨਾਂ ਨੇ ਤੇ ਇਧਰ ਉਹ ਚੀਜ਼ ਉਧਰ ਤੋਰ ਦੇਣੀ ਹੈ ਜਿਹੜੇ ਪ੍ਰਧਾਨ ਮੰਤਰੀ ਤੇ ਕੈਬਨਿਟ ਨੇ ਫੈਸਲਾ ਕੀਤਾ ਰਾਸ਼ਟਰਪਤੀ ਨੇ ਦੱਸ ਕਰ ਲੱਖ ਕਿ ਅਗਲੇ ਪਾਸੇ ਕੰਮ ਲੈ ਤੋਦਣਾ ਜਿਹੜੀ ਕੋਈ ਬਾਹਰੋਂ ਰਿਪੋਰਟ ਆਉਂਦੀ ਆ ਉਹ ਉਹਨਾਂ ਨੇ ਦੱਸ ਕਰਕੇ ਤੇ ਸਰਕਾਰ ਨੂੰ ਤੋੜ ਦੇਣੀ ਆ ਲੋ ਜੀ ਤੁਸੀਂ ਹੱਥ ਤੇ ਦੱਸੋ ਕੀ ਕਰਨਾ ਆ ਰਿਪੋਰਟ ਪੇਸ਼ ਹੋਈ ਹੈ ਉਹਨਾਂ ਕੁਝ ਨਹੀਂ ਕਰਨਾ ਕਰਨਾ ਜੋ ਕੁਝ ਵੀ ਆ ਉਹ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਮੰਤਰੀ ਮੰਡਲ ਨੇ ਜੀ ਇਹ ਰਿਪੋਰਟ ਜਿੰਨੀ ਤੇਜ਼ੀ ਨਾਲ ਹੁਣ ਪੇਸ਼ ਕੀਤੀ ਗਈ ਆ ਐਨ ਚੋ ਉਹਨਾਂ ਦੇ ਮੌਕੇ ਪੇਸ਼ ਕੀਤੀ ਗਈ ਮੈਨੂੰ ਤਾਂ ਕਈ ਕਿਸਮ ਦੇ ਸ਼ੱਕ ਜਪਦੇ ਆ ਪਰ ਮੈਂ ਜੇ ਕੁਝ ਕਹਿਣਾ ਨਹੀਂ ਚਾਹੁੰਦਾ ਇਹ ਮਾਮਲਾ ਸੀਰੀਅਸ ਆ ਕਾਲ ਕਦਮ ਵਿੱਚ ਕਿਸੇ ਪਾਸੇ ਨਹੀਂ ਰੋਣਾ ਚਾਹੀਦਾ ਜੀ ਪਰ ਸਰ ਤੁਸੀਂ ਹਰ ਰੋਈ ਤਰ੍ਹਾਂ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਐਸਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ